ਮੇਰੀ ਬਿਲਡਿੰਗ ਆ ਸਰਕਾਰੀ ਸਰਕਾਰੀ ਲੱਗੇ ਅਸੀਂ ਕਿਸੇ ਦਾ ਕੋਈ ਨੀ ਜਦੋਂ ਵਿਰੋਧ ਕੀਤਾ ਤਾਂ ਵੀ ਰੋਕਿਆ ਤੁਸੀਂ ਮੇਰੇ ਘਰ ਚ ਝੰਡਾ ਲਾਇਆ ਤੁਸੀਂ ਝੂਠ ਬੋਲ ਰਿਹਾ ਬਿਲਕੁਲ ਆਪਣੇ ਆਪ ਨੂੰ ਪ੍ਰਸ਼ਾਸਨ ਨੂੰ ਲੁਕਾਉਣ ਵਾਸਤੇ ਸਰਕਾਰੀ ਇਹ ਗੁੰਡਾਗਰਦੀ ਨੀ ਮੈਂ ਚੱਲਣ ਦੇਣੀ ਦੇਖੋ ਝੰਡਾ ਲਾਇਆ ਮੈਂ ਗੁੰਡਾਗਰਦੀ ਚੱਲਣ ਦੇਣੀ ਤੁਹਾਡੀ ਪਹਿਲਾਂ ਫੋਨ ਲਾਤੇ ਆ ਸਰਕਾਰੀ ਪ੍ਰੋਪਰਟੀ ਤੇ ਕੋਈ ਵੀ ਚੀਜ਼ ਲੱਗੀ ਆ ਨਾ ਜੀ ਇਲੈਕਸ਼ਨ ਕਿੱਥੇ ਲੱਗੀ ਦੱਸ ਕਿਹੜੀ ਸਰਕਾਰ ਦੀ ਸਰਕਾਰੀ ਪ੍ਰੋਪਰਟੀ ਡਰਾਮਾ ਨੀ ਮੈਂ ਚੱਲਣ ਦੇਣਾ ਸਰਕਾਰੀ ਪ੍ਰੋਪਰਟੀ ਸਾਰੇ ਲੋਕ ਇਲਾਕੇ ਦੇ ਖੜੇ ਨੇ ਪੁੱਛ ਲੋ ਸਾਰੇ ਗਵਾਹ ਨੇ ਸਰਕਾਰੀ ਤੁਹਾਡੀ ਮਰਜ਼ੀ ਨੇ ਬਗੈਰ ਪੈਣਾ ਅੱਜ ਪੰਜਾਬ ਸਰਕਾਰ ਦੀ ਗੁੰਡਾਗਰਦੀ ਦੇਖੋ ਅੱਜ ਇਹਨਾਂ ਦਾ ਕੇਜਰੀਵਾਲ ਅੰਮ੍ਰਿਤਸਰ ਚ ਆ ਰਿਹਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਅੱਜ ਇਸ ਹੱਦ ਉਤਰ ਚੁੱਕੀ ਹੈ ਕਿ ਅੱਜ ਸਾਡੇ ਇੱਕ ਸਲਾਮ ਏਰੀਆ ਜਿੱਥੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਘਰਾਂ 'ਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਲਾਏ ਸੀ ਪਰ ਇਹਨਾਂ ਨੇ ਪ੍ਰਸ਼ਾਸਨ ਭੇਜ ਕੇ ਜਬਰਨ ਉਹਨਾਂ ਨੇ ਝੰਡੇ ਉਤਾਰੇ ਨੇ ਔਰ ਜਿਹੜੇ ਇੱਥੇ ਬੋਰਡ ਲੱਗੇ ਆ ਉਹ ਵੀ ਲਾ ਰਹੇ ਨੇ ਔਰ ਇੱਥੇ ਤੱਕ ਹੋ ਰਿਹਾ ਵਾ ਕਿ ਜਿਹੜਾ ਬੰਦਾ ਬੀਜੇਪੀ ਨੂੰ ਸਪੋਰਟ ਕਰ ਰਿਹਾ ਉਹਨੂੰ ਚੁਕਾਇਆ ਜਾ ਰਿਹਾ ਵਾ ਮੈਂ ਇਹ ਗੁੰਡਾਗਰਦੀ ਅਸੀਂ ਚੱਲਣ ਨਹੀਂ ਦਾਂਗੇ ਅਸੀਂ ਚੁਣਾਵ ਆਯੋਗ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਇੱਥੇ ਦਖਲ ਦੇਣ ਔਰ ਜਿਹੜੇ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਖੋ ਰਹੇ ਆ ਇਹ ਹਰ ਕਿਸੇ ਬਾਬਾ ਸਾਹਿਬ ਦਾ ਦਿੱਤਾ ਇੱਕ ਅਧਿਕਾਰ ਹੈ ਹਰ ਬੰਦਾ ਆਪਣੀ ਬਿਲਡਿੰਗ ਤੇ ਝੰਡਾ ਲਾਉਣ ਦਾ ਅਧਿਕਾਰ ਰੱਖਦਾ ਵਾ ਕਿਸੇ ਪਾਰਟੀ ਸਪੋਰਟ ਕਰਨ ਦਾ ਅਧਿਕਾਰ ਰੱਖਦਾ ਹੈ ਪਰ ਮੌਜੂਦਾ ਸਰਕਾਰ ਇੰਨੀ ਗੁੰਡਾਗਰਦੀ ਕਰ ਰਹੀ ਹੈ ਆਪਣਾ ਸਾਰਾ ਤੰਤਰ ਯੂਜ਼ ਕਰਕੇ ਇੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਜਿਹੜੇ ਲੋਕਾਂ ਨੇ ਆਪਣੀ
ਖੁਸ਼ੀ ਨਾਲ ਆਪਣੀ ਪਿੰਡ ਕਾਰੇ ਝੰਡੇ ਲਏ ਸੀ। ਅੱਜ ਸਿਰਫ ਇਹਨਾਂ ਨੇ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਉਹ ਸਾਰੇ ਝੰਡੇ ਤਾਰੇ ਆ। ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਵਾ ਕਿ ਜਿਹੜੇ ਲੋਕਾਂ ਨੇ ਕੀਤੀ ਉਹਨਾਂ ਤੇ FIR ਦਰਜ ਕੀਤੀ ਜਾਵੇ, ਨਹੀਂ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਆਮ ਲੋਕ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਕਿਸੇ ਪਾਰਟੀ ਸਪੋਰਟ ਕਰ ਰਹੇ ਆ ਉਹ ਜਾਮ ਕਰਨਗੇ ਔਰ ਜੋ ਪ੍ਰਦਰਸ਼ਨ ਨੂੰ ਤੇਜ਼ ਕਰਨਗੇ। ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਇਸ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਾਂਗੇ। ਮੈਂ ਬੇਨਤੀ ਕਰਦਾ ਵਾ ਤੇ ਜਿਹੜੇ ਇਹਨਾਂ ਦੇ ਅਫਸਰ ਆਏ ਨੇ ਇਹਨਾਂ ਤੇ FIR ਦਰਜ ਕੀਤੀ ਜਾਵੇ, ਜਾਂ ਸਾਨੂੰ ਆਰਡਰ ਦਿਖਾਉਣ ਕਿ ਝੰਡੇ ਲਾਉਣ ਲੈਣ ਕਿੱਥੇ ਪਰਮਿਸ਼ਨ ਹੈਗੀ ਆ। ਕੱਲ ਚੁਣਾਵ ਆਯੋਗ ਨੇ ਖੁਦ ਇੱਕ ਵੀਡੀਓ ਜਾਰੀ ਕੀਤੀ ਆ ਕਿ ਕੋਈ ਵੀ ਬੰਦਾ ਆਪਣੀ ਬਿਲਡਿੰਗ ਚ ਝੰਡਾ ਲਾ ਸਕਦਾ, ਉਹਦੇ ਵਾਸਤੇ ਕੋਈ ਪਰਮਿਸ਼ਨ ਨਹੀਂ ਲੋੜ ਰਿਹਾ। ਪਰ ਇਹ ਅਫਸਰ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ, ਉਹਨਾਂ ਦੇ ਆਰਡਰ ਤੇ ਲੋਕਾਂ ਨੂੰ ਤੰਗ ਕਰ ਰਹੇ ਆ, ਉਹਨਾਂ ਨੂੰ ਝੰਡੇ ਲਾ ਰਹੇ ਆ, ਉਹਨਾਂ ਨੂੰ ਡਰਾ ਧਮਕਾ ਰਹੇ ਆ, ਜੋ ਕਿ ਇਹਨਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਕਾਰਪੋਰੇਸ਼ਨ ਅਧਿਕਾਰੀ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਆਹ ਦੇਖੋ ਪੰਜਾਬ ਸਰਕਾਰ ਦੀ ਗੁੰਡਾਗਰਦੀ, ਆਹ ਦੇਖੋ ਸਰਕਾਰੀ ਤੰਤਰ ਦਾ ਕਿਤਨਾ ਮਿਸਯੂਸ ਹੋ ਰਿਹਾ ਵਾ। ਜੇ ਕੋਈ ਬੰਦਾ ਆਪਣੀ ਮਰਜ਼ੀ ਨਾਲ ਆਪਣੇ ਘਰਾਂ ਦੇ ਝੰਡੇ ਲਾਉਂਦਾ ਵਾ ਤੇ ਇਹਨਾਂ ਦਾ ਜਿਹੜਾ ਇੱਥੇ ਮੌਜੂਦਾ ਸਰਕਾਰ ਹੈ ਉਹ ਝੰਡੇ ਉਤਾਰਨ ਦਾ ਇਹਨਾਂ ਦੇ ਗੁੰਡੇ ਉੱਤੇ ਪਹੁੰਚ ਜਾਂਦੇ ਆ। ਅੱਜ ਦੀ ਤਾਜ਼ੀ ਘਟਨਾ ਵਾ, ਹਿੰਦੁਸਤਾਨ ਬਸਤੀ ਦੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਬਾਬਾ ਸਾਹਿਬ ਦੀ ਜਿਹੜੀ ਦਿੱਤੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਆਪਣੀ ਮਰਜ਼ੀ ਨਾਲ ਉਹਨਾਂ ਆਪਣੇ ਘਰਾਂ ਦੇ ਝੰਡੇ ਲਾਏ ਸੀ, ਪਰ ਇਹਨਾਂ ਦੇ ਗੁੰਡੇ ਪਹੁੰਚ ਕੇ ਉੱਥੇ ਉਹਨਾਂ ਨੇ ਝੰਡੇ ਉਤਾਰਤੇ, ਉਹਨਾਂ ਨੂੰ ਡਰਾਇਆ ਧਮਕਾਇਆ, ਇੱਥੇ ਤੱਕ ਕਿਹਾ ਗਿਆ ਕਿ ਜੇ ਤੁਸੀਂ ਉੱਥੇ ਝੰਡੇ ਦੁਬਾਰਾ ਲਗਾਏ ਤੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜੇਲ੍ਹਾਂ 'ਚ ਭੇਜਿਆ ਜਾਏਗਾ। ਪਰ ਦੂਸਰੇ ਪਾਸੇ ਦੇਖੋ ਇਹ ਸਰਕਾਰੀ ਜਗ੍ਹਾ ਦਾ ਕਿਤਨਾ ਮਿਸਯੂਸ ਹੁੰਦਾ ਜਾ ਰਿਹਾ, ਕੋਈ ਪਰਮਿਸ਼ਨ ਨਹੀਂ ਆ। ਇਹ ਦੇਖੋ ਕਿਸ ਤਰ੍ਹਾਂ ਇੱਥੇ ਦੋਹਰਾ ਮਾਪਦੰਡ ਦਿੱਤਾ ਜਾ ਰਿਹਾ ਇਹਨਾਂ ਦੇ ਅਫਸਰਾਂ ਦੇ ਵੱਲੋਂ, ਮੇਰੇ ਮਿੱਤਰ ਇਹਨਾਂ ਦੇ ਅਫਸਰਾਂ ਵੱਲੋਂ। ਇਹ ਦੇਖੋ ਦੂਸਰੇ ਪਾਸੇ, ਇਹ ਦੇਖੋ ਆਹ ਬੋਰਡ ਲੱਗਾ ਜੇ ਸਰਕਾਰੀ ਜਗ੍ਹਾ ਦੇ, ਜਿਹਨਾਂ ਦੇ ਕੋਈ ਵੀ ਮਨਜ਼ੂਰੀ ਨਹੀਂ ਹੈ, ਇਹ ਸਰਾਸਰ ਗੁੰਡਾਗਰਦੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਉਹ ਬੋਰਡ ਦੇਖ ਲਓ, ਇੱਥੇ ਕੋਈ ਪਰਮਿਸ਼ਨ ਨਹੀਂ ਹੈ। ਮੈਂ ਚੁਣਾਵ ਆਯੋਗ ਦੇ ਅੱਗੇ ਬੇਨਤੀ ਕਰਦਾ ਵਾਂ, ਉਹ ਯਾਰ ਮੈਂ ਚੁਣਾਵ ਆਯੋਗ ਦੇ ਅੱਗੇ ਬੇਨਤੀ ਕਰਦਾ ਵਾਂ ਕਿ ਉਹ ਦੇਖੋ ਗੁੰਡਾਗਰਦੀ ਉਹਨਾਂ ਦੀ, ਗੁੰਡਾਗਰਦੀ ਦੇਖੋ ਉਹਨਾਂ ਦੀ, ਕੋਈ ਅੱਗੇ 'ਚ ਪਰਮਿਸ਼ਨ ਨਹੀਂ ਲੱਗੀ ਅਤੇ ਇਹ ਸਾਰੇ ਬੋਰਡ ਇਹਨਾਂ ਦੀ ਸਰਕਾਰ ਦੀ ਮਰਜ਼ੀ ਨਾਲ ਲੱਗ ਰਹੇ ਆ। ਪਰ ਦੂਸਰੇ ਪਾਸੇ ਜੋ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਲਗਾਉਂਦਾ ਝੰਡੇ ਅਤੇ ਉਹਨਾਂ ਨੂੰ ਇਹ ਡਰਾ ਧਮਕਾ ਰਹੇ ਨੇ ਉਹਨਾਂ ਦੇ ਘਰਾਂ ਤੋਂ, ਇਹਨਾਂ ਦਾ ਪ੍ਰਸ਼ਾਸਨ ਝੰਡਾ ਲਾ ਰਿਹਾ। ਅੱਜ ਤਾਂ ਤਾਜ਼ੀ ਘਟਨਾ ਮਲਕੀਤ ਸਿੰਘ ਜੀ ਦੀ, ਅਤੇ ਜਿਹੜਾ ਉਹਨਾਂ ਨੇ ਉੱਥੇ ਆ ਕੇ ਜਗਨ ਝੰਡੇ ਲੋਕਾਂ ਨੇ ਪਾ ਰਿਹਾ। ਦੇਖੋ ਬੋਰਡ ਲੱਗੇ ਆ, ਕੋਈ ਪਰਮਿਸ਼ਨ ਨਹੀਂ ਹੈ। ਚੁਣਾਵ ਆਯੋਗ ਅੱਗੇ ਬੇਨਤੀ ਕਰਦਾ ਕਿ ਜਿਹੜੇ ਵੀ ਲੋਕ ਇਹ ਗਲਤ ਕੰਮ ਕਰ ਰਹੇ ਆ ਉਹਨਾਂ ਦੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਕਿਉਂਕਿ ਚੁਣਾਵ ਆਯੋਗ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਨਿਸ਼ਪੱਖ ਚੁਣਾਵ ਕੀਤੇ ਜਾਣ। ਪਰ ਜਿਹੜੀ ਸਰਕਾਰ ਗੈਂਗਸਟਰਾਂ ਦੁਆਰਾ, ਗੁੰਡਿਆਂ ਦੁਆਰਾ ਚਲਾਈ ਜਾ ਰਹੀ ਹੈ, ਔਰ ਇਹ ਭਗਵੰਤ ਮਾਨ ਪੂਰਾ ਸਰਕਾਰੀ ਤੰਤਰ ਔਰ ਗੁੰਡਾ ਰਾਜ ਚਲਾ ਰਿਹਾ ਇੱਥੇ, ਇਹਨਾਂ ਦਾ ਜਿਹੜੀ ਸਪੋਰਟ ਜੇਲ੍ਹਾਂ ਤੋਂ ਬੈਠ ਕੇ ਗੈਂਗਸਟਰ ਕਰ ਰਹੇ ਨੇ, ਇਹਨਾਂ ਦਾ ਵਿਰੋਧ ਕਰ ਰਿਹਾ ਵਾਂ। ਮੈਂ ਇਹਨਾਂ ਨੂੰ ਚੇਤਾਵਨੀ ਦਿੰਦਾ ਵਾਂ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਇੱਥੇ ਦਾ ਮਾਹੌਲ ਰਿਹਾ ਅਤੇ ਪੰਜਾਬ ਦੇ ਵਿੱਚ ਅੱਗੇ ਗੁੰਡਾ ਜਾ ਚੜਿਆ ਅਤੇ ਚੁਣਾਵ ਨਿਸ਼ਪੱਖ ਨਹੀਂ ਹੋ ਪਾਣਗੇ, ਕਿਰਪਾ ਕਰਕੇ ਇੱਥੇ ਵੱਧ ਤੋਂ ਵੱਧ ਪੁਲਿਸ ਬਲ ਤੈਨਾਤ ਕੀਤਾ ਜਾਵੇ ਔਰ ਸੈਂਟਰ ਤੋਂ ਟੁਕੜੀਆਂ ਮੰਗਾਈਆਂ ਜਾਣ, ਔਰ ਜਿਹੜੇ ਇੱਥੇ ਦੇ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਦਾ ਸਾਥ ਦੇ ਰਿਹਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇੰਨਾ ਹੀ ਕਹਿੰਦਾ ਹੋਇਆ, ਜੈ ਭੀਮ ਜੈ ਭਾਰਤ।